ਹਾਂਜੀ ਵੈਲਕਮ ਟੂ ਅਨਦਰ ਵਲੌਗ ਐਂਡ ਸਰ ਨੂੰ ਬਿਰਪਰੀ ਸਤਿ ਸ੍ਰੀ ਅਕਾਲ। ਕਿ ਜਿਹੜੇ ਹੁੰਦੇ ਨੇ ਅਸਲ ਸ਼ੌਂਕੀ ਜੱਟ ਉਹ ਘੋੜੇ ਨਾਲੋਂ ਜ਼ਿਆਦਾ ਰੱਖਣਾ ਪਸੰਦ ਕਰਦੇ ਨੇ ਘੋੜੀ। ਟਾਈਮ 8 ਵਜੇ ਦਾ ਤੇ ਤਰੀਕ ਆ 13, ਉੱਤੋਂ ਸਾਰਿਆਂ ਨੂੰ ਹੈਪੀ ਲੋਹੜੀ। ਅਤੇ ਹਾਂਜੀ, ਅਤੇ ਸਵੇਰੇ ਦੇ ਵੱਜ ਗਏ ਹਨ 8, ਅਤੇ ਉੱਠਣ ਸਾਰ ਆਪਾਂ ਕਰਨ ਲੱਗ ਗਏ ਵਲੌਗ ਸ਼ੂਟ। ਅਤੇ ਸਾਰਿਆਂ ਨੂੰ ਦੁਬਾਰੇ ਤੋਂ ਹੈਪੀ ਲੋਹੜੀ ਹਨ, ਅਤੇ ਲੋਹੜੀ ਦੀਆਂ ਸਾਰਿਆਂ ਨੂੰ ਮੁਬਾਰਕਾਂ ਹਨ। ਅਤੇ 2022 ਦੀ ਹਨ ਪਹਿਲਾ ਤਿਉਹਾਰ ਆ ਮੇਰੇ ਖਿਆਲ ਨਾਲ ਇਹ। ਲੋਹੜੀ ਬਾਈ, ਹੈਪੀ ਲੋਹੜੀ। ਹੱਥ ਮਿਲਾਉਣੇ ਆ ਆਪਾਂ, ਹੱਥ ਐਂ ਨਹੀਂ ਕਰਨੇ, ਠੀਕ ਆ? ਠੰਡ ਵਾਲੀ ਆ, ਠੰਡ ਅੱਜ ਠੰਡ ਕਿੱਥੇ, ਅੱਜ ਤਾਂ ਜਮਾਂ ਮੌਸਮ ਦੇਖ ਲਓ ਬਾਬੀ, ਹੁਣ ਘੈਂਟਾ ਮੌਸਮ ਅੱਜ। ਫਿਲਹਾਲ ਹੈ ਨਾ ਟਰਾਲੀ ਖੜੀ ਸੀ ਸ਼ਟਰ ਉੱਥੇ ਬਰਾਂਡੇ 'ਚ, ਪਰ ਬਰਾਂਡੇ ਦੇ ਹੈ ਨਾ ਵਿੱਚ ਇੰਨਾ ਕੁ ਥਾਂ ਨੰਗਾ ਰਹਿੰਦਾ ਸੀਗਾ, ਵਿੱਚ ਫਿਰ ਇਹਦੇ ਬਛੜ ਬੁਛੜ ਨਾਲ ਪਾਣੀ ਭਰ ਜਾਂਦਾ ਸੀਗਾ। ਤਾਂ ਹੁਣ ਇਹਦਾ ਹੱਲ ਫਿਰ ਹੁਣ ਥੋੜ੍ਹੇ ਟਾਈਮ ਨੂੰ ਵੈਸੇ ਤਾਂ ਬਰਾਂਡੇ ਬਰੁੰਡੇ ਪਾਉਣੇ ਆ ਇੱਥੇ ਟਰਾਲੀਆਂ ਟਰੂਲੀਆਂ ਸਾਨੂੰ, ਪਰ ਜਿੰਨਾ ਕੁ ਨਹੀਂ ਹੈਗੇ ਉੰਨਾ ਟਾਈਮ ਫਿਰ ਆਹ ਕੰਮ ਕਰਨਾ ਪਿਆ। ਉੱਥੇ ਟਰਾਲੀ ਲੋਡ ਨਹੀਂ ਆਉਂਦੀ, ਉੱਥੇ ਛੋਟੇ ਛੰਦ ਤਾਂ ਖੜ ਜਾਂਦੇ ਆ, ਟਰਾਲੀ ਵੱਡੀ ਖੜਦੀ ਨਹੀਂ ਹੈਗੀ। ਆਪਣਾ ਹੈ ਨਾ ਕੱਲ੍ਹ ਹੈਗਾ ਸਾਡੇ ਪਿੰਡ ਮੇਲਾ ਹੈ ਨਾ, ਪੂਰਾ ਵਧੀਆ, ਮਤਲਬ ਕਾਫੀ ਜ਼ਿਆਦਾ ਇਕੱਠ ਹੁੰਦਾ, 4-5 ਪਿੰਡਾਂ ਦਾ ਲਗਾਤਾਰ ਇਕੱਠ ਹੁੰਦਾ ਗਾ। ਜਾਣਾ ਉੱਥੇ ਸੇਵਾ ਕਰਾਉਣ ਜਾਵਾਂਗੇ, ਮਤਲਬ ਸਾਰਾ ਤਿਆਰ ਤੂਰ ਕਰਨਗੇ, ਸੁੰਬਰਨਗੇ ਪਏ ਹੈ ਨਾ, ਉੱਥੋਂ ਸਾਰਾ ਡੈਕੋਰੇਸ਼ਨ ਵਗੈਰਾ ਕਰਨੀ ਆ। ਅਤੇ ਫਿਲਹਾਲ ਹੁਣ ਆਪਣਾ 8 ਵਜੇ ਪਿੰਡ ਦਾ, ਫਿਲਹਾਲ ਆਪਾਂ ਖਾ ਲਈਏ ਪਹਿਲਾਂ ਰੋਟੀ। ਕਿ ਬਥੇਰੇ ਇਹੋ ਜਿਹੇ ਹੁੰਦੇ ਨੇ ਜਦੋਂ ਵੀ ਕੋਈ ਵੀ ਚੀਜ਼ ਲਿਆਉਣੀ ਆ ਤਾਂ ਲਿਆਉਂਦੇ ਨੇ ਘਰੋਂ ਲੜ ਕੇ, ਕਿ ਜਿੱਥੇ ਤੱਕ ਪਹੁੰਚੇ ਹਾਂ ਵੱਟਾਂ 'ਤੇ ਤੁਰ ਕੇ ਪਹੁੰਚੇ ਹਾਂ। ਆਏ ਨਹੀਂ ਕਹਿ ਸਕਦਾ ਕੋਈ ਵੀ ਇੱਥੇ ਤੱਕ ਆਇਆ ਕਿਸੇ ਦੇ ਸਿਰ ਚੜ੍ਹ ਕੇ। ਕਿਵੇਂ ਤੂੰ ਕੀ ਕਰਨਾ ਹੁਣ, ਤੂੰ ਸੱਚੀ ਦੱਸ ਕੀ ਕਰਨਾ ਚਾਹੁੰਦਾ ਪਿੰਡ, ਤੂੰ ਸੀਰੀਅਸ ਲਿਆ ਹੁਣ ਤੜਕੇ ਤੜਕੇ, ਹੁਣ ਪਾਲੇ ਮਾਰ ਕੇ ਜ਼ਰੂਰੀ ਜਾਣਾ, ਰੋਟੀ ਖਾ ਕੇ ਤਾਂ ਆਰਾਮ ਨਾਲ ਵੀ ਲੈਂਦੇ ਜਾਣਗੀਆਂ, ਇੰਜ ਖਲਕਾ ਦੀ ਖਾਣ ਦੀ। ਗਿਫਟ ਲਿਆ ਹੜਾ ਫਿਰ ਭਰਾ ਹੋ ਜਾ, ਭਰਾ ਹੋ ਜਾ ਫਿਰ, ਗਿਫਟ ਹੋ ਗਈ ਨਾ, ਭਰਾ ਹੋ ਜਾ, ਬਾਜਦਾ ਵੀ ਛੱਡ ਜਾ, ਚਾਬੀ ਫੜਾ ਮੈਨੂੰ, ਚਾਬੀ ਫੜਾ, ਪੈਕ ਮਤਾ ਹੀ ਲੈ ਲੂ, ਕੋਈ ਨੀ ਚਾਬੀ ਫੜਾ ਤੂੰ ਲਓ ਬਾਅਦ। ਕਿ ਵਿਚੋਲੇ ਕਿਵੇਂ ਬਣਦੇ ਨੇ, ਉਹ ਬਣਦੇ ਨੇ ਕਰਾ ਕੇ ਸਾਕ, ਤੇ ਇੱਧਰ ਸਵੇਰੇ ਸਵੇਰੇ ਪੱਟਣ ਆ ਕੇ ਗਾਜਰਾਂ, ਕਿਉਂਕਿ ਕੱਢਾਂਗੇ ਅੱਜ ਗਾਜਰ ਪਾਕ। ਤੇ ਟਾਈਮ 8:22 ਦਾ, ਤੇ ਫਿਰ ਆਲਾ ਹੁਣ ਆਪਣੇ ਖਾਲੀ ਰੋਟੀ, ਤਾਂ ਹੁਣ ਆਪਾਂ ਨਹਾਉਣ ਦੀ ਕੰਮ ਤਿਆਰੀ ਕਰਦੇ ਹਾਂ ਦੇਖੋ। ਅਤੇ ਫਾਈਨਲੀ ਹੈ ਨਾ 8:57 ਦਾ ਟਾਈਮ, ਅਤੇ ਨਹਾਉਣ ਨੂੰ ਕਿਆਲਾ ਨਹਾਉਣ ਵਾਲਾ ਕੰਮ ਨਿਬੜ ਗਿਆ। ਤਾਂ ਅੱਜ ਹੈ ਨਾ ਉੱਪਰ ਕਾਫੀ ਬੱਦਲਬਾਈ ਆ, ਤਾਂ ਕਰਕੇ ਅੱਜ ਠੰਡ ਜਮੀ ਨਹੀਂ ਹੈਗੀ ਹੈ ਨਾ, ਤਾਂ ਚਲੋ ਬੱਦਲਬਾਈ ਦਾ ਕੋਈ ਨਾ ਕੋਈ ਫਾਇਦਾ ਵੀ ਹੁੰਦਾ, ਕੋਈ ਨਾ ਕੋਈ ਨੁਕਸਾਨ ਵੀ ਹੁੰਦਾ ਗਾ। ਅਤੇ ਮੈਂ ਸਾਨੂੰ ਸਾਨੂੰ ਹੈ ਨਾ ਕੋਈ ਲੋੜੀ ਦਾ ਨਹੀਂ, ਆਪਦੇ ਹੈ ਨਾ ਲਿਬੜੇ ਤਿੱਬੜ ਕੇ ਜਿੰਨਾ ਮਰਜ਼ੀ ਉਹਨਾਂ ਨੂੰ ਨਵਾਲਿਆ, ਤਾਂ ਯਾਰ 5 ਮਿੰਟ 'ਚ ਲਿਬੜ ਕੇ ਹੋ ਜੀਆਂ ਹੋ ਕੇ ਫਿਰ ਬਹਿ ਜਾਣਾ ਹੈ ਨਾ। ਤਾਂ ਹੈ ਨਾ ਅੱਜ ਠੰਡ ਕੱਲ੍ਹ ਨਾਲੋਂ ਘੱਟ ਆ, ਪਰ ਐਂ ਵੀ ਨਹੀਂ ਹੈਗਾ ਵੀ ਜਮੀ ਨਹੀਂ ਹੈਗੀ, ਠੰਡ ਤਾਂ ਮਤਲਬ ਕੱਲ੍ਹ ਨਾਲੋਂ ਘੱਟ ਆ, ਪਰ ਠੰਡ ਜ਼ਰੂਰ ਹੈਗੀ। ਅਤੇ ਫਿਲਹਾਲ ਹੁਣ ਕੁਛ ਕਰਨ ਨੂੰ ਹੈ ਨਹੀਂ ਹੈ ਨਾ, ਤਾਂ ਫਿਲਹਾਲ ਮੈਂ ਪੈ ਕੇ ਆਉਂਦਾ ਕੰਮ ਨਿਬੇੜਦਾ ਮਾੜਾ ਮੋਟਾ, ਜਿਹੜੇ ਘਰ ਵਾਲਾ ਮੋਬਾਈਲ 'ਤੇ ਹੈ ਨਾ। ਦੇਖੋ ਕਹਿੰਦੇ ਬਾਈ ਮੁੰਡਾ ਹੈ ਨਾ ਨੀਕਰ ਦੇ ਵਿੱਚ, ਲੋਅਰ ਦੇਖੋ ਇਹਨੇ ਕਿਵੇਂ ਸਿੱਟੀ ਆ, ਇਹਦੇ ਮੱਖੀ ਮੁੱਖੀ ਲੜ ਗਈ ਪਤਾ ਨਹੀਂ ਕਿਵੇਂ ਹੈ ਨਾ, ਕੁਛ ਇਹਨੇ ਲੋਅਰ ਲਾ ਕੇ ਚਲਾ ਕੇ ਮਾਰੀ ਪਰਾਂ। ਟਾਈਮ ਆਉਣਾ ਸਹੀ 11:14 ਦਾ, ਵੈਸੇ ਤਾਂ ਮੇਰੇ ਵਾਲ ਕਟਾਉਣ ਵਾਲੇ ਹੋਏ ਪਏ ਨੇ, ਪਰ ਕੋਈ ਨਹੀਂ, 2-4 ਦਿਨ ਲਗਾ ਦਾਂਗੇ ਹੈ ਨਾ। ਹੁਣ ਆਪਣਾ ਤਾਂ ਸਿਆਲ ਦੇ ਵਿੱਚ ਵਾਲ ਛੋਟੇ ਨਾ ਹੁਣ, ਥੋੜ੍ਹੇ ਜਿਹੇ ਵੱਡੀ ਹੋਣ, ਆਹ ਥਾਂ ਜੇ ਇੱਥੇ ਵਾਲ ਛੋਟੇ ਹੋਣਗੇ ਇੱਥੇ ਠੰਡ ਜੀ ਲੱਗਦੀ ਰਹਿੰਦੀ ਸਿਰ ਨੂੰ, ਫਿਰ ਕਿ ਦਿਲੋਂ ਧੰਨਵਾਦ ਉਹਨਾਂ ਲੋਕਾਂ ਦਾ ਜਿਹੜੇ ਪੁੱਛਦੇ ਆ ਸਾਡਾ ਹਾਲ, ਕਿ ਠੰਡ ਨਾ ਲੱਗੇ ਸਿਰ ਨੂੰ, ਤਾਂ ਹੀ ਵਧਾਏ ਹੋਏ ਅੱਜ ਕੱਲ੍ਹ ਵਾਲ। ਅਤੇ ਲੋਹੜੀ ਵਾਲਾ ਵਲੌਗ ਆ ਹੈ ਨਾ ਆਪਣਾ, ਆਹ ਤਿਉਹਾਰ ਤਾਂ ਉਹਨਾਂ ਲਈ ਸਪੈਸ਼ਲ ਹੁੰਦਾ ਹੈ ਨਾ, ਜਿਹੜੇ ਕੋਈ ਮਨਾਉਂਦੇ ਹੁੰਦੇ ਆ ਲੋਹੜੀ ਹੈ ਨਾ, ਜਿਹੜੇ ਕੋਈ ਜਵਾਕ ਜਵੂਕ ਹੋਇਆ ਹੁੰਦਾ ਜਾਂ ਕੁਛ ਵੀ ਲਾ ਲਓ, ਹੁਣ ਇਕੱਲੇ ਜਵਾਕ ਦੀ ਨਹੀਂ ਹੁੰਦੀ, ਕੁਝ ਵੀ ਲਾ ਲਓ, ਚਲੋ ਜਿਹਨਾਂ ਨੇ ਮਨਾਉਣੀ ਹੁੰਦੀ ਆ ਕਿ ਲੋਹੜੀ ਮਨਾਵਾਂਗੇ ਹੈ ਨਾ, ਪਰ ਹਰੇਕ ਨਹੀਂ ਮਨਾਉਂਦਾ ਹੁੰਦਾ ਇਹ। ਕਿ ਸਾਡਾ ਟ੍ਰੈਂਡ ਇੱਥੇ ਹੀ ਸ਼ੁਰੂ ਹੁੰਦਾ ਅਤੇ ਇੱਥੇ ਆ ਕੇ ਮੁੱਕਦਾ, ਦੂਜੇ ਪਾਸੇ ਸਾਨੂੰ ਯੂਟਿਊਬ 'ਤੇ ਦੇਖ ਕੇ ਕਈਆਂ ਸਾਲਿਆਂ ਦਾ ਸਾਹ ਸੁੱਕਦਾ, ਕਿ ਰੱਬ ਦੀ ਮਿਹਰ ਆ ਰਹਿੰਦੇ ਆ ਨਸ਼ੇ ਤੋਂ ਦੂਰ। ਆਹ ਵੀ ਇੱਕ ਫੈਕਟ ਹੈ ਕਿ ਚੜਿਆ ਨਹੀਂ ਹਜੇ ਤੱਕ ਕਿਸੇ ਦਾ ਸਰੂਰ, ਅਤੇ ਕਈ ਮਿਲਣ ਨੂੰ ਕਹਿੰਦੇ ਸੀ ਜਿੱਦੇ ਵਿਹਲੇ ਹੋਏ ਦੱਸਾਂਗੇ ਜ਼ਰੂਰ, ਜੇ ਇਕੱਲੀਆਂ ਮਸਤੀ ਕਰਦੇ ਰਹੇ ਜਿਹੜੇ ਦੇਖਿਆ ਸੁਪਨੇ ਹੋ ਜਾਣਗੇ ਚੂਰ। ਮੌਸਮ ਦੇ ਹਾਲਾਤ ਦੇਖ ਕੇ ਐਂ ਲੱਗੀ ਜਾਂਦਾ ਗਾ ਜਿਵੇਂ ਡਿੱਗੀ ਜਾਂਦੀ ਉੱਤੇ ਭੂਰ, ਕਿ ਰਾਤ ਨੂੰ ਤਾਂ ਦੂਰ ਦੀ ਗੱਲ ਆ, ਅਸੀਂ ਤਾਂ ਦਿਨੇ ਨਹੀਂ ਨਿਕਲਦੇ ਘਰੋਂ। ਦੂਜੇ ਪਾਸੇ ਜਿਹੜੇ ਤੁਹਾਨੂੰ ਪੀਲੇ ਪੀਲੇ ਪਿੱਛੇ ਫੁੱਲ ਦਿਖੀ ਜਾਂਦੇ ਆ, ਲੋਕ ਇਹਨੂੰ ਕਹਿੰਦੇ ਆ ਸਰੋਂ। ਤਾਂ ਘਰੇ ਸੱਦਿਆ ਸੀ ਹੈ ਨਾ ਡਾਕਟਰ, ਡਾਕਟਰ ਕਿਉਂ ਸੱਦਿਆ ਹੈ ਨਾ, ਡੈਡੀ ਦਾ ਸਿਰ ਦੁਖਦਾ ਸੀ ਇੱਕ ਤਾਂ, ਬਾਕੀ ਉਹ ਜੀ ਜੂ ਕੁੱਚਾ ਜਿਹਾ ਹੋਈ ਜਾਂਦਾ ਨਾ, ਮਤਲਬ ਇੱਕ ਤਰੀਕੇ ਨਾਲ ਬਿਮਾਰ ਜਿਹਾ ਹੈ ਨਾ, ਤਾਂ ਡਾਕਟਰ ਘਰੇ ਸੱਦ ਲਿਆ। ਬਸ ਤਾਂ ਪਹਿਲਾਂ ਊਂ ਦੁਕਾਨ ਡਾਕਟਰ ਨੂੰ ਪੁੱਛ ਲਿਆ ਹੈ ਨਾ ਵੀ ਦੁਕਾਨ 'ਤੇ ਹੈਗਾ, ਉਹ ਕਹਿੰਦਾ ਚੱਲ ਮੈਂ ਇਦਰੀ ਆ ਜਾਣਾ ਯਾਰ ਤੁਹਾਡੇ ਘਰੀ ਹੈ ਨਾ। ਕਹਿੰਦਾ ਫਿਲਹਾਲ ਹੈ ਨਾ 1:40 ਦਾ ਟਾਈਮ ਆ, ਦੇਖੋ ਲੋਹੜੀ ਵਾਲਾ ਦਿਨ ਆਪਣਾ ਹੈ ਨਾ, ਕੀ ਗੱਲਬਾਤ ਆ, ਮੌਸਮ ਜਮਾਂ ਬੇਈਮਾਨ ਹੋਇਆ ਪਿਆ ਠੰਡ। ਮੇਰਾ ਪਲੈਨ ਹੈ ਨਾ ਤਨੌਲੇ ਜਾਣ ਦਾ ਗਾ, ਤਨੌਲੇ ਸ਼ਹਿਰ,
ਤਾਂ ਉੱਥੇ ਪਤਾ ਕੀ ਪਲੈਨ ਆ ਵੀ ਲੋਹੜੀ ਅੱਜ ਯਾਰ ਹੈ ਨਾ ਗੇੜਾ ਸ਼ੇੜਾ ਦੇਈਏ ਇੱਕ ਮੋਬਾਈਲ ਦੇ ਕਵਰ ਮੋਬਾਈਲ 'ਚ ਥੋੜ੍ਹੀ ਨਵੀਂ ਲੁੱਕ ਬਣਾ ਕੇ ਲਿਆਉਣੀ ਆ ਨਵਾਂ ਕਵਰ ਅਤੇ ਨਵਾਂ ਮੈਟ ਚੜ੍ਹਾ ਕੇ ਲਿਆਵਾਂਗੇ ਅਤੇ ਪਿਛਲੀ ਵਾਰ ਚੜ੍ਹਿਆ ਸੀ ਮੇਰੇ ਗਲਾਸ ਹੈ ਨਾ ਉਹ ਸਾਈਡ ਤੋਂ ਤਿੜ ਜਾਂਦਾ ਗਲਾਸ ਜਿਹੜਾ ਮੈਟ ਹੁੰਦਾ ਉਹਦੀ ਗੱਲਬਾਤ ਆਂਡੀ ਇੱਕ ਮੈਂ ਟਰਾਂਸਪੇਰੈਂਟ ਕਵਰ ਲੈ ਕੇ ਆਉਣਾ ਕਿ ਜਦੋਂ ਬਿਨਾਂ ਮਤਲਬ ਤੋਂ ਲੋਕ ਬੋਲਦੇ ਨੇ ਸਾਥੋਂ ਕੋ ਉਮੀਦ ਕਰਦੇ ਆ ਵੀ ਕਰਾਂਗੇ ਅਸੀਂ ਰਹਿਮ ਜਿਹੜੇ ਹਿਸਾਬ ਨਾਲ ਚੱਲੀ ਜਾਂਦੇ ਆ ਕਈਆਂ ਦੇ ਤਾਂ ਨਿਕਲ ਗਏ ਜਿਨ੍ਹਾਂ ਦੇ ਰਹਿ ਗਏ ਉਹਨਾਂ ਦੇ ਵੀ ਕਰ ਦਾਂਗੇ ਵਹਿਮ ਅਤੇ ਫਿਲਹਾਲ ਟਾਈਮ ਆ ਨਾ 5:20 ਦਾ ਅਤੇ ਜਮ੍ਹਾਂ ਆਥਣ ਹੋ ਗਿਆ ਨਾ ਤੁਸੀਂ ਲਾ ਲਓ ਤਾਂ ਅੱਜ ਵਾਲਾ ਵਲੋਗ ਅੱਜ ਤਾਂ ਨਹੀਂ ਖਤਮ ਹੋਣਾ ਲੋਹੜੀ ਵਾਲੇ ਦਿਨ ਹੈ ਨਾ ਤਾਂ ਇਹ ਕੱਲ੍ਹ ਵਾਲਾ ਅਤੇ ਅੱਜ ਵਾਲਾ ਵਲੋਗ ਮਿਕਸ ਕਰ ਦਾਂਗੇ ਆਪਾਂ ਅਤੇ ਅੱਜ ਐਕਚੁਅਲੀ ਹੈ ਨਾ ਤੈਨੂੰ ਲੈ ਜਾਣਾ ਮਤਲਬ ਵੀ ਮੋਬਾਈਲ ਮੂਬਲ ਮਤਲਬ ਸ਼ੂਟ ਹੀ ਨਹੀਂ ਹੋਇਆ ਯਾਰ ਉਦੋਂ ਬਾਅਦ ਹੈ ਨਾ ਹਾਂਜੀ ਬਾਬੇ ਤੋਂ ਸਾਰਿਆਂ ਨੂੰ ਵੈਰਪਰੀ ਗੁੱਡ ਮੋਰਨਿੰਗ ਕਿ ਹਰੇਕ ਚੰਗੀਆਂ ਯਾਦਾਂ ਬੰਦਾ ਆਪਦੇ ਕੋਲ ਰੱਖਦਾ ਗਿਣ ਗਿਣ ਅਤੇ ਤਰੀਕ ਆ 14 ਦੇ ਅੱਜ ਹੈਗਾ ਸੰਗਰਾਂਦ ਵਾਲਾ ਦਿਨ ਤਾਂ ਕੱਲ੍ਹ ਲੋਹੜੀ ਵਾਲੇ ਦਿਨ ਨਾ ਹੱਥਣੇ ਜੇ ਕੁਛ ਨਾ ਕੰਮ ਜਿਹਾ ਪੈ ਗਿਆ ਤਾਂ ਕਰਕੇ ਪੂਰਾ ਵਲੋਗ ਹੋਇਆ ਹੀ ਨਹੀਂ ਹੈਗਾ ਤਾਂ ਅੱਜ ਵਲੋਗ ਅਤੇ ਅੱਜ ਕੱਲ੍ਹ ਵਾਲਾ ਵਲੋਗ ਮਿਕਸ ਹੋ ਜੂਗਾ ਸੰਗਰਾਂਦ ਵਾਲੇ ਦਿਨ ਸਿਰ ਰਹੇ ਹਾਂ ਸੁਨੇਹਾ ਨਾ ਤਾਂ ਚੰਗਾ ਹੁੰਦਾ ਹੈ ਨਾ ਤਾਂ ਕਰਕੇ ਮੈਂ ਜਮ੍ਹਾਂ ਸੁਨੇਹਾ ਨਾਲ ਆ ਅਤੇ ਕੁਛ ਅੱਜ ਹੈ ਨਾ ਸਾਡੇ ਪਿੰਡ ਅੱਜ ਹੈਗਾ ਮੇਲਾ ਕਿ ਵਿੱਚ ਦੋ ਚਾਰ ਹੈਗੇ ਸੀ ਇਹੋ ਜਿਹੜਾ ਮੈਨੂੰ ਬਣਾਉਣਾ ਚਾਹੁੰਦੇ ਸੀ ਚੇਲਾ ਅਤੇ ਸੁਨੇਹਾ ਨਾ ਹੁੰਦਾ ਕਾਰਨ ਇੱਕ ਸੰਗਰਾਂਦ ਅਤੇ ਦੂਜਾ ਹੈਗਾ ਮੇਲਾ ਹੈ ਨਾ ਫਿਲਹਾਲ ਤਾਂ 8:07 ਦਾ ਟਾਈਮ ਹੋਇਆ ਗਾ ਤਾਂ ਇੰਨਾ ਸੁਨੇਹਾ ਜਾ ਕੇ ਉੱਥੇ ਕੀ ਹੁੰਦਾ ਵੈਸੇ ਨਹਿਰ ਕੋਲ ਆ ਕਾਫੀ ਇਕੱਠ ਹੁੰਦਾ 4-5 ਪਿੰਡ ਆਉਂਦੇ ਹੁੰਦੇ ਨੇ ਹੋਊਗਾ ਤਾਂ 400 ਬੰਦੇ ਦਾ ਇਕੱਠ ਟਾਈਮ ਆਪਣਾ ਸਹੀ ਹੈ ਨਾ 8:47 ਦਾ ਅਤੇ ਫਿਲਹਾਲ ਹੈ ਨਾ ਆਪਾਂ ਅੱਧਾ ਕੁ ਘੰਟਾ ਪੈਂਦੇ ਹਾਂਗੇ ਕਿਉਂਕਿ ਟਾਈਮ ਆ ਨਾ ਫਿਲਹਾਲ ਸੁਨੇਹੀ ਆ ਜੇ ਉੱਥੇ ਜਾ ਕੇ ਕੀ ਕਰਾਂਗੇ ਹੈ ਨਾ ਸੁਨੇਹਾ ਅਤੇ ਟਾਈਮ ਆ ਨਾ 10:19 ਦਾ ਅਤੇ ਫਿਲਹਾਲ ਯਾਰ ਤਿਆਰ ਹੋ ਗਏ ਹੈ ਨਾ ਤਾਂ ਜਾਣ ਖਤਰ ਹੈ ਨਾ ਮੇਲੇ 'ਤੇ ਕਿ ਤੜਕੇ ਮੇਲੇ 'ਚ ਚਲਾ ਗਿਆ ਸੀ ਅਤੇ ਹੁਣ ਆਥਣੇ ਘਰੇ ਆਇਆ ਉਹਦੇ ਕਰਕੇ ਹੋਇਆ ਨਹੀਂ ਬਿਲਕੁਲ ਆਰਾਮ ਅਤੇ ਕੱਲ੍ਹ ਵਾਲੇ ਦਿਨ ਵਾਂਗੂ ਅੱਜ ਵੀ ਵਲੌਗ ਬਣਾਉਣ 'ਚ ਹੋ ਗਈ ਸ਼ਾਮ ਅਤੇ ਤਾਂ ਫਿਲਹਾਲ ਹੈ ਨਾ ਟਾਈਮ ਆ 4:09 ਦਾ ਸ਼ਾਮ ਦਾ ਮਾਹੌਲ ਆ ਹੈ ਨਾ ਤਾਂ ਅੱਜ ਮੇਲੇ ਕਰਕੇ ਜਾਂ ਉੱਥੇ 'ਚ ਮੈਂ ਜ਼ਿਆਦਾ ਕੋਈ ਸ਼ੂਟ ਕਰ ਨਹੀਂ ਸਕਿਆ ਹੈ ਨਾ ਤਾਂ ਕਰਕੇ ਸੇਵਾ ਸੁਬਾ ਕਰਦੇ ਸੀਗੇ ਤਾਂ ਸ਼ੂਟ ਮਹਾਂ ਚੱਲ ਜ਼ਿਆਦਾ ਉੱਥੇ ਹੈ ਨਾ ਕੀ ਦਿਖਾਵੇ ਜੇ ਕਰਨੀ ਆ ਲੋਕਾਂ ਨੂੰ ਕੀ ਦਿਖਾਉਣਾ ਹੈ ਨਾ ਬਾਕੀ ਮੇਲੇ ਮੂਲੇ ਦਾ ਪ੍ਰਭਾਵ ਪਤੀ ਹੁੰਦਾ ਜੇ ਹੀ ਮੇਲਾ ਹੈ ਨਾ ਬਾਹਰ ਹੁੰਦਾ ਜਿਵੇਂ ਕੋਈ ਮਸਤੂਆਣਾ ਸਾਹਿਬ ਲਾਲ ਹੋਣਾ ਹੋਰ ਕਿਤੇ ਹੁੰਦਾ ਉੱਥੇ ਮੈਂ ਰੱਜ ਕੇ ਵਲੌਗ ਬਣਾਉਂਦਾ ਇੱਥੇ ਬਾਹਰ ਪਿੰਡ ਜਾ ਸੀਗਾ ਤਾਂ ਕਰਕੇ ਮੈਂ ਚੱਲ ਕਾਹਨੂੰ ਹੈ ਨਾ ਤਾਂ ਜੇ ਕਿਤੇ ਲੋਕ ਕਹਿਣਗੇ ਤੈਨੂੰ ਕਾਹਦੀ ਸੰਗ ਸ਼ਰਮਾ ਮੈਨੂੰ ਕੋਈ ਸੰਗ ਸ਼ਰਮ ਨਹੀਂ ਹੈਗੀ ਬਸ ਉਈ ਉੱਪਰ ਲੱਗਿਆ ਹੈ ਨਾ ਮੈਨੂੰ ਬਈ ਗੱਲ ਵੀ ਚੰਗੀ ਜਿਹੀ ਨਹੀਂ ਪਿੰਡ ਦੇ ਸਾਹਮਣੇ ਜਿੱਦਾਂ ਹੈ ਨਾ ਕੱਲ੍ਹ ਵਲੌਗ ਨਹੀਂ ਸੀ ਬਣਿਆ ਕੱਲ੍ਹ ਵੀ ਆਈ ਸ਼ਾਮ ਹੋ ਗਈ ਸੀ ਵਲੌਗ ਛੋਟਾ ਬਣਿਆ ਸੀਗਾ ਅੱਜ ਵੀ ਮੈਨੂੰ ਲੱਗਦਾ ਵਲੌਗ ਬਣੇ ਪੂਰਾ ਹੋਵੇ ਨਾ ਹੋਵੇ ਹੈ ਨਾ ਬਾਕੀ ਦੇਖੋ ਲਾਲ ਬੇਰ ਖਾ ਲੈਂਦੇ ਹਾਂ ਕਿ 12ਵੀਂ ਕਲਾਸ ਆ ਸਾਡੇ ਵਰਗੇ ਸਟੂਡੈਂਟਸ ਸਕੂਲ ਲੱਗਣ ਅਤੇ ਨਾਲ ਲੱਗਣ ਕਰਕੇ ਕਿੰਨਾ ਹੋਏ ਨੇ ਡਰੇ ਅਤੇ ਫਿਲਹਾਲ ਉੱਧਰ ਮੇਲੇ ਵਾਲਾ ਕੰਮ ਨਿਬੇੜੇ ਅਤੇ ਹੁਣ ਆਪਾਂ ਵਾਪਸ ਆ ਗਏ ਘਰੇ ਕੱਲ੍ਹ ਤਾਂ ਚੱਲ ਹੈ ਨਾ ਲੋਹੜੀ ਸੀ ਕੱਲ੍ਹ ਤਾਂ ਵੀ ਲੋਹੜੀ ਵੇਲੇ ਹੈ ਨਾ ਮੌਸਮ ਖਰਾਬ ਜੀ ਹੁੰਦਾ ਘਰਦੇ ਕਹਿੰਦੇ ਨਹੀਂ ਵੀ ਕਦੇ ਲੋਹੜੀ ਵਾਲੇ ਦਿਨ ਤਾਂ ਧੁੱਪ ਨਿਕਲੀ ਵੀ ਨਹੀਂ ਅੱਜ ਸੰਗਰਾਂਦ ਸੀ ਸੂਰਜ ਅੱਜ ਵੀ ਨਹੀਂ ਦਿਖਾਇਆ ਹੈ ਨਾ ਕਿ ਤੜਕੇ ਤੋਂ ਲੈ ਕੇ ਹੁਣ ਤੱਕ ਤਾਂ ਮੈਂ ਮੇਲੇ 'ਚ ਸੀਗਾ ਤਾਂ ਕਰਕੇ ਮੇਰਾ ਫੋਨ ਹੁਣ 33% ਆ ਹੁਣ ਜੇ ਵਲੌਗ ਬਣਾਉਣਾ ਵੀ ਚਾਹਾਂ ਮੈਂ ਵਲੌਗ ਪੂਰਾ ਕਰ ਦੂੰ ਹੈ ਨਾ ਪਰ ਫੋਨ ਨੇ ਹੋਣ ਨਹੀਂ ਦੇਣਾ ਬੈਟਰੀ ਨੇ ਤਾਂ ਹੁਣ ਪਹਿਲਾਂ ਮਾੜਾ ਮੋਟਾ ਚਾਰਜ ਲਾਉਣਾ ਪਊ ਪਾਰੋਂ ਇੱਕ ਦੇਖਦਾ ਅਤੇ ਫਿਲਹਾਲ ਹੈ ਨਾ 4:19 ਦਾ ਟਾਈਮ ਆ ਅਤੇ ਹੁਣ ਚੱਲਦੇ ਹਾਂ ਆਪਾਂ ਪਿੰਡ ਤਾਂ ਹੈ ਨਾ ਮੇਰੇ ਐਕਚੁਅਲੀ ਟੀਕਾ ਜਿਹਾ ਲਵਾ ਕੇ ਲਿਆਉਣਾ ਸੀ ਮੇਰੀ ਮਾਸੀ 'ਤੇ ਤਾਂ ਹੁਣ ਉਹ ਤੇਜ਼ਾਬ ਜਿਹਾ ਬਣਿਆ ਹੋਇਆ ਸੀਗਾ ਤਾਂ ਹੁਣ ਉੱਧਰ ਚੱਲਦੇ ਹਾਂ ਪਹਿਲਾਂ ਦਵਾਈ ਦਵਾ ਲਿਆਉਂਦੇ ਹਾਂ ਉਦੋਂ ਬਾਅਦ ਕਰਾਂਗੇ ਵਲੌਗ ਸ਼ੂਟ ਵੈਸੇ ਤਾਂ ਹੁਣ ਪਾਵਰ ਬੈਂਕ 40 ਮੇਰਾ ਮੋਬਾਈਲ ਹੈਗਾ 4% ਜਦੋਂ 20% ਦੇ ਮੋਬਾਈਲ ਲਾਇਆ ਚਾਰਜ ਹੈ ਨਾ ਆਟੋਮੈਟਿਕਲੀ ਇਹਨੇ 4% 'ਤੇ 1% 'ਤੇ ਮਾਰਿਆ ਇੱਕ ਤੋਂ ਚਾਰ ਵਧਾਇਆ ਹੁਣ ਕਿ ਫਿਲਹਾਲ ਕਰੀ ਜਾਂਦਾ ਮਿਹਨਤ ਆਉਣ ਵਾਲੇ ਸਮੇਂ 'ਚ ਕੱਢ ਦਾਂਗੇ ਗਰਦ ਇਹ ਹੈਗੇ ਜੱਟ ਦੀ ਹਿੰਡ ਇੱਕ ਤਾਂ ਠੰਡੀ ਹਵਾ ਚੱਲੀ ਜਾਂਦੀ ਆ ਅਤੇ ਦੂਜਾ ਕੈਂਸਲ ਜਾਣਾ ਹੋ ਗਿਆ ਆਪਣਾ ਪਿੰਡ ਅਤੇ ਕੈਂਸਲ ਕਿਉਂ ਹੋ ਗਿਆ ਪਿੰਡ ਜਾਣਾ ਹੈ ਨਾ ਡਾਕਟਰ ਨੂੰ ਫੋਨ ਲਾ ਕੇ ਬਸੇ ਡਾਕਟਰ ਨੇ ਫੋਨ ਚੱਕਿਆ ਨਹੀਂ ਐਕਸੀਡੈਂਟ ਯਾਰ 'ਚ ਸਾਰੇ ਮੇਲੇ ਮੂਲੇ 'ਚ ਨੇ ਹੈ ਨਾ ਸਾਰੇ ਹੁਣ ਇਹੋ ਜਿਹੇ ਵੇਲੇ ਲੋਕ ਸਾਰਾ ਗੇੜਾ ਗੁੜੇ ਦਿੰਦੇ ਆ ਬਾਕੀ ਹੈ ਨਾ ਉੱਥੇ
ਬਾਕੀ ਹੁਣ ਘੱਟ ਘੁੱਟ ਤੁਸੀਂ ਦੇਖਿਆ ਮਾੜਾ ਮੋਟਾ ਤਾਂ ਮੈਂ ਦਿਖਾਈ ਜਾਣਾ ਤਾਂ ਮਾੜੀ ਮੋਟੀ ਵੀਡੀਓ ਬਣੀ ਆ ਤਾਂ ਵੈਸੇ ਤਾਂ ਹਨਾ ਇਹ ਸਾਡੇ ਚਾਰ ਹੀ ਹੋਏ ਨੇ ਪਰ ਹੋਰ ਯਾਰ ਹਨਾ ਮਜਬੂਰ ਆ ਵਲੋਗ ਹੀ ਨਹੀਂ ਸ਼ੂਟ ਹੋ ਰਿਹਾ ਹੁਣ ਤਾਂ ਆਪਾਂ ਹੁਣ ਵਲੋਗ ਨੇ ਇੱਥੇ ਐਂਡ ਕਰਨਾ ਪਊ 3 ਮਿੰਟ ਦਾ ਬਣਿਆ 4 ਦਾ ਬਣਿਆ ਮੈਨੂੰ ਪਤਾ ਨਹੀਂ ਕਿੰਨੇ ਮਿੰਟ ਦਾ ਬਣਿਆ ਹੈਗਾ ਪਰ ਐਂਡ ਅਤੇ ਚਲੋ ਫਿਰ ਆਪਾਂ ਅੱਜ ਦੇ ਵਲੋਗ ਦੀ ਇੱਥੇ ਕਰਦੇ ਹਾਂ ਅਤੇ ਆ ਵਲੋਗ ਚੰਗਾ ਲੱਗੇ ਤਾਂ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਚਲੋ ਫਿਰ ਆਪਾਂ ਮਿਲਦੇ ਹਾਂ ਹੋਰ ਨਵੇਂ ਵਲੋਗ ਦੇ ਵਿੱਚ ਗੁੱਡ ਬਾਏ ਐਂਡ ਸਤਿ ਸ਼੍ਰੀ ਅਕਾਲ।